ਡিয়ার ਸਟੂਡੈਂਟਸ ਵੈਲਕਮ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਜਿਹੜਾ ਪੇਪਰ 14th ਹੈ ਪੇਪਰ ਨੰਬਰ 14 ਐਨ ਰਿਚਿੰਗ ਲਰਨਿੰਗ ਥਰੂ ਆਈਸੀਟੀ ਜਿਹੜੇ ਕਿ ਬੱਚੇ ਸੈਮੈਸਟਰ 2 ਦੇ ਵਿੱਚ ਨੇ ਉਹਨਾਂ ਦਾ ਇੱਕ ਕੰਪਲਸਰੀ ਪੇਪਰ ਹੈ ਜੀ ਦਾ ਸਿਲੇਬਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪਡੇਟ ਕੀਤਾ ਗਿਆ ਤੇ ਉਸ ਨਾਲ ਰਿਲੇਟਡ ਇਹ ਵੀਡੀਓ ਹੈ ਇਹਦੇ ਵਿੱਚ ਵੀ ਕੁਝ ਜਿਹੜੇ ਨਵੇਂ ਟਾਪਿਕ ਟਾਪਿਕ ਨੇ ਐਡ ਹੋਏ ਨੇ ਤੇ ਕੁਝ ਵਿੱਚੋਂ ਕੱਟ ਆਫ ਕੀਤੇ ਗਏ ਨੇ पहला है कंप्यूटर हार्डवेयर फंडामेंटल्स इनपुट डिवाइस आउटपुट डिवाइसज स्टोरेज डिवाइस टाइप्स ऑफ कंप्यूटर सॉफ्टवेयर मीनिंग एंड इट्स टाइप्स नैक्सट टॉपिक है आईसीटी यंसैप्ट करना है करैक्टिस्टिक्स एंड इम्पोर्टेंस स्कोप ऑफ आईसीटी टी इन एजुकेशन एडवांटेजेस एंड डिसएडवटेज इंटीग्रेशन ऑफ आईसी टी इन टीचिंग एंड लर्निंग Challenges of integrating ICT in school education. Now, section B using computer and internet in education, networking, its importance and types, ICT in teacher education, developing techno pedagogic skills, multimedia courseware, internet resources, and new trends in ICT. ਸਮਾਰਟ ਕਲਾਸਰੂਮ ਵਰਚੁਅਲ ਕਲਾਸਰੂਮ ਮੋਬਾਈਲ ਲਰਨਿੰਗ ਆਨਲਾਈਨ ਲਰਨਿੰਗ سوشل ਨੈਟਵਰਕਿੰਗ ਸਾਈਟਸ ਪਾਰਟਿਸਿਪੇਟ ਇਨ ਡਿਸਕਸ਼ਨ ਫੋਰਮ ਐਂਡ ਬਲੌਗਿੰਗ ਇਟਸ ਨੀਡ ਐਂਡ ਇੰਪੋਰਟੈਂਸ ਤੇ ਜਿਹੜੀਆਂ ਐਕਟੀਵਿਟੀਜ਼ ਨੇ ਉਹ ਤੁਸੀਂ ਆਪਣੇ ਕਾਲਜ ਦੇ ਅਕੋਰਡਿੰਗ ਕਰਨੀਆਂ ਨੇ ਇੱਕ ਤੁਹਾਨੂੰ ਸਾਰੇ ਬੱਚਿਆਂ ਨੂੰ ਸੁਜੈਸ਼ਨ ਹੈ ਕਿ ਜਦੋਂ ਤੁਸੀਂ ਆਪਣੀ ਇਸ ਪੇਪਰ ਦੇ ਨਾਲ ਰਿਲੇਟਡ ਕੋਈ ਬੁੱਕ ਪਰਚੇਸ ਕਰਦੇ ਹੋ ਤਾਂ ਜਿਹੜਾ ਸਿਲੇਬਸ ਹੈ ਬਾਹਰ ਲੱਗਿਆ ਵੀ ਉਹ ਵੀ ਦੇਖ ਲੈਣਾ ਹੈ ਦੇ ਅੰਦਰ ਵੀ ਮੈਚ ਕਰ ਲੈਣਾ ਹੈ ਕਿ ਕੀ ਨਵੇਂ ਟਾਪਿਕਸ ਨੂੰ ਤੁਹਾਡੀ ਬੁੱਕ ਕਵਰ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਜੇ ਨਹੀਂ ਕਵਰ ਕਰ ਰਹੀ ਤਾਂ ਤੁਹਾਨੂੰ ਪੁਰਾਣੀ ਬੁੱਕ ਆ ਜਿਹੜੀ ਪਰਚੇਸ ਕਰਨ ਦੀ ਜ਼ਰੂਰਤ ਨਹੀਂ ਹੈ ਇਸ ਚੈਨਲ ਦੇ ਉੱਪਰ ਸਾਰੀ ਹੀ ਜਿਹੜੀਆਂ ਵੀਡੀਓਜ਼ ਨੇ ਪੁਰਾਣੇ ਸਿਲੇਬਸ ਅਕੋਰਡਿੰਗ ਅਪਲੋਡ ਕੀਤੀਆਂ ਹੋਈਆਂ ਨੇ ਬਟ ਜਿਹੜੇ ਟਾਪਿਕ ਚੇਂਜ ਹੋਏ ਨੇ ਇਹਨਾਂ ਦੇ ਵੀਡੀਓਜ਼ ਵੀ ਵਿਥ ਇਨ ਫਿਊ ਡੇਜ਼ ਆਈ ਵਿਲ ਟ੍ਰਾਈ ਟੂ ਅਪਲੋਡ ਤੇ ਮੈਂ ਉਮੀਦ ਕਰਦੀ ਹਾਂ ਕਿ ਵੀਡੀਓ ਤੁਹਾਡੇ ਸਾਰਿਆਂ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ